ਆਪਾਂ ਆਖਰੀ ਪੱਟੀ ਤੇ ਆਣਾ ਹੈ ਸਭ ਤੋਂ ਪਹਿਲੇ ਤੋਂ ਇੱਥੇ ਆਪਾਂ ਬਾਤ ਜਾਵਾਂਗੇ ਪਹਿਲੇ ਇੱਥੇ ਨੇ ਕੀ ਕੁਸ਼ ਕੀਤਾ ਪੂਰਾ ਇਹ ਦੋ ਲੱਗਿਆ ਦੂਸਰੇ ਸਾਲ ਨੇ ਐਕਸਲ ਛੱਡ ਕੇ ਦੂਸਰੇ ਸਾਲ ਦੀ ਆਖਰੀ ਪੱਟੀ ਤੋਂ ਉੱਪਰ ਇੱਕ ਦਾ ਲਾਇਆ ਹੈ ਦੁਬਾਰਾ ਦੋ ਲੱਗਿਆ ਜਦੋਂ ਦੋ ਇੱਕ ਤੋਂ ਦੋ ਵਧਾ ਕੇ ਇਹਨੇ ਓਪਨ ਤਿੰਨ ਦਾ ਲਾਇਆ ਹੈ ਇਹ ਲੱਗਿਆ ਤਿੰਨ ਤੋਂ ਓਪਨ 36 ਦਾ ਅਕੜਾ ਫਿਰ ਜਦੋਂ ਲੱਗਾ ਤਾਂ ਤਿੰਨ ਤੋਂ ਦੋ ਵਧਾ ਕੇ ਪੰਜ ਦਾ ਓਪਨ ਲਾ ਤੇ ਖੜਾ ਯਾਰ ਇਹ ਪਿਛਾ ਅੱਗੇ ਪਿੱਛੇ ਸਭ ਕੁਝ ਪੂਰਾ ਕਰਦ ਖੜਾ ਮੈਂ ਵਖਾਣਾ ਨਹੀਂ ਚਾਹੁੰਦਾ ਮੈਂ ਕਹਿੰਦਾ ਯਾਰ ਮੈਂ ਪੂਰਾ ਸੈਟ ਵਖਾਵਾ ਨਾ ਯਕੀਨ ਕਰ ਜੋ ਐੀ ਤੌਰ ਤੱਕ ਇਹਨੇ ਖਰੇ ਕੀ ਕੋਸ਼ਿਸ਼ ਕੀਤਾ ਹੋਇਆ ਐਸ 2 ਦੇ ਫਿਗਰ ਨੇ ਅਗਰ ਇਹਨੂੰ ਗੌਰ ਨਾਲ ਵੇਖਿਆ ਜਾਵੇਗਾ ਨਾ ਯਕੀਨ ਕਰ ਜੋ ਹੈਰਾਨ ਹੋ ਜਾਵੋ ਕਿ ਯਾਰ ਇਹਨੇ ਪਿਛਾ ਕੀ ਕੋਸ਼ਿਸ਼ ਕੀਤਾ ਹੋਇਆ ਹੈ ਐਕ ਲੱਗਿਆ ਯਾਰ ਫਿਰ ਇੱਕ ਤੋਂ ਵਧਾ ਕੇ ਦੋ ਤਿੰਨ ਦਾ ਓਪਨ ਲੱਗਿਆ ਤਿੰਨ ਤੋਂ ਦੋ ਵਧਾ ਕੇ ਯਾਰ ਤੇ ਆ ਪੰਜ ਦਾ ਓਪਨ ਲੱਗ ਗਿਆ ਅੱਗੇ ਫਰਕ ਚਾਰ ਇਹਨੇ ਲਾਇਆ ਹੈ ਕਿਉਂ ਲਾਇਆ ਹੈ ਸਭ ਤੋਂ ਪਹਿਲੇ ਜਦੋਂ ਲੱਗਿਆ ਨਾ ਇਹ ক্লোਜ਼ ਹੈਗਾ ਸਿੰਦਾ ਆਖਰੀ ਪੱਟੀ ਦਾ ਇਹ ক্লোਜ਼ ਹੀ 9 ਇਹ ਕੱਲੇ 9 ਦੇ ক্লোਜ਼ ਨਾਲ ਇਹ ক্লোਜ਼ ਨੇ ক্লোਜ਼ ਹੀ ਲਗਣਾ ਸੀ 40000 ਬੌਂਡ ਚ ਔਰ ਜਮਾ 5 ਲਗਣੀ ਸੀ ਫਰਕ ਚਾਰ ਦੇ ਨਾਲ ਫਰਕ ਚਾਰ ਦੇ ਆਕੜੇ ਨਾਲ ਜਮਾ 5 ਲਗਣੀ ਸੀ ਕੱਲਾ ਹੀ ਆਕੜਾ 59 ਦਾ ਬਣਦਾ ਸੀ ਬਈ ਤੇ ਐ ਪਲੇ ਹੋ ਜਾਂਦਾ 59 ਦਾ ਆਕੜਾ ਤਵੇ ਜੋ ਕਰਨੀ ਕਿ ਐ ਥੱਲੇ ਜਿਹੜਾ ਆਖਰੀ ਪੱਟੀ ਦਾ ক্লোਜ਼ ਲੱਗਾ ਖਲਾ ਨਾ 750 ਬੌਂਡ ਦੇ ਇਸ ਸਾਲ ਛੱਡ ਤੇ ਪਿਛਲੇ ਸਾਲ ਅਗਲੇ ਸਾਲ ਇਹ ਜਿਹੜਾ ਕਲੋਜ਼ ਲੱਗਾ ਖਰਨਾ ਆਖਰੀ ਪੱਟੀ ਤੇ ਇਹਨੇ ਸਿੱਧਾ ਕਲੋਜ਼ ਹੀ ਲੱਗਣਾ ਸੀ ਜਾ ਕੇ ਯਾਰ ਇਹ ਚਾਰ ਦੇ ਫਰਕ ਨਾਲ ਜੇ ਪਿੱਛੇ ਨਾ ਲੱਗਿਆ ਨਾ ਤਾਂ ਫਰਕ ਅੱਗੇ ਚਾਰ ਹੀ ਲੱਗਣਾ ਸੀ ਯਾਰ ਇਹ ਚਾਰ ਫਰਕ ਲੱਗਿਆ ਇੱਥੇ 58 ਦਾ ਆਖੜਾ ਪਹਿਲੀ ਦਫਾ ਪਲੇ ਹੋਇਆ ਦੁਬਾਰਾ ਆ ਕੇ ਜਦੋਂ ਸੈੱਟ ਬਣਿਆ ਦੁਬਾਰਾ ਆ ਕੇ ਸੈੱਟ ਬਣਿਆ ਤਾਂ ਆਖਰੀ ਪੱਟੀ ਤੇ ਕਲੋਜ਼ ਕੀ ਸੀ ਕਲੋਜ਼ ਕੀ ਸੀ 6 ਇਹ 6 ਨਾਲ ਆਪਾਂ 5 ਜਮਾ ਬਣਾਨੀ ਸੀ ਯਾਰ ਆਖੜਾ ਕੀ ਲੱਗਣਾ ਸੀ 68 ਦਾ ਇਹ 86 ਦਾ 2 ਆਕੜੇ ਦਾ ਇਹ ਫਰਕ ਆਪਾਂ ਲੈਣਾ ਸੀ ਇਹਨੇ ਤਾਂ ਲੱਗਣਾ ਸੀ 88 ਬੰਦਾ ਹੀ ਨਹੀਂ ਸੀ ਪਹਿਲੀ ਗੱਲ 86 ਬੰਦਾ ਸੀ ਕਿਉਂਕਿ ਇਹਨੇ ক্লোਜ਼ ਹੀ ਲੱਗਣਾ ਸੀ ਜਾ ਕੇ ਇਹ ক্লোਜ਼ ਲੱਗਿਆ ਇਹ ਪਿੱਛੇ ਫਰਕ ਦੋ ਆਕੜੇ ਦਾ ਇਹ ਦੋ ਫਰਕ ਨੇ ਲੱਗਣਾ ਸੀ ਔਰ ਜਮਾ 5 ਲਗਣੀ ਸੀ ਇਹ ਸ਼ਰਤ ਸੀ ਕਿ ਜਮਾ 5 ਲੱਗੇਗੀ ਔਰ ਇਹ ਲੱਗੀ ਏ ਐਸ ক্লোਜ਼ ਨੇ ਇੱਥੇ ক্লোਜ਼ ਹੀ ਲੱਗਣਾ ਸੀ ਆ ਕੇ ਔਰ ਇਹ ਦੋ ਦਾ ਫਰਕ ਸੀ ਦੋ ਦੇ ਫਰਕ ਨਾਲ ਇਹ ক্লোਜ਼ ਲੱਗਣਾ ਸੀ ਯਾਰ ਤੇ ਅਗਰ 6 ਨਾਲ ਦੋ ਫਰਕ ਬਣਾਵਾਗੇ ਜਮਾ 5 ਬਣਾਵਾਗੇ ਤਾਂ ਕਿਹੜਾ ਆਕੜਾ ਬਣੇਗਾ ਯਾਰ ਕੱਲਾ ਹੀ 86 ਦਾ ਆਕੜਾ ਬਣੇਗਾ ਨਾ S9 ਦੇ ক্লোਜ਼ ਨਾਲ ਇਹ 9 ਦਾ ਆਪਾਂ ক্লোਜ਼ ਲਾਵਾਂਗੇ ਤਾਂ ਫਰਕ 4 ਲਾਵਾਂਗੇ ਤਾਂ ਕਿਹੜਾ ਆਕੜਾ ਬਣੇਗਾ ਯਾਰ 98 ਦਾ ਆਕੜਾ ਬਣੇਗਾ ਕੱਲਾ ਫਿਰ ਆ ਦੋ ਦੇ ਫਰਕ ਨਾਲ 6 ਦਾ ক্লোਜ਼ ਲਾਵਾਂਗੇ ਤਾਂ ਯਾਰ ਕਿਹੜਾ ਆਕੜਾ ਬਣੇਗਾ 86 ਦਾ ਬਣੇਗਾ ਪੰਜ ਜਮਾ ਚ ਇਹ ਕੋਈ ਆਕੜਾ ਯਾਰ ਆਜ ਮੌਜੂਦਾ ਆਜੋ ਯਾਰ ਇਹ ਦੋ ਲੱਗਿਆ ਇਹ ਥੱਲੇ ਪੰਜ ਦੋ ਓਪਨ ਲੱਗਿਆ ਅੱਗੇ 4 ਫਰਕ ਲੱਗ ਤੇ ਖੜਾ ਹੈ ਕਹਿੰਦਾ ਇਹ 9 ਦਾ ক্লোਜ਼ ਲੱਗਿਆ ਹੋਇਆ ਹੈ 9 ਦਾ ক্লোজ ਹੈ 9 ਦਾ ਅਕੜਾ ਸਹੀ ਤਰੀਕੇ ਨਾਲ ਲਿਖਿਆ ਨਹੀਂ ਹੋਇਆ ਗ੍ਰਾਫ ਤੇ ਮੇਰੇ ਦੋਸਤਾਂ ਨੂੰ ਸਮਝ ਤਾਂ ਆ ਗਈ ਹੋਵੇਗੀ ਇਹ 9 ਦਾ ਅਕੜਾ ਹੈ ਕਹਿੰਦਾ ਕਿ 9 ਨੂੰ ক্লোਜ਼ ਲਾ ਇੱਥੇ 9 ক্লোਜ਼ ਲਾ ਤੇ ਫਰਕ 4 ਪਿੱਛੇ 4 ਫਰਕ ਨਾ ਲਾ ਔਰ ਜਮਾ 5 ਬਣਾ ਕਿਹੜਾ ਅਕੜਾ ਬਣੇਗਾ ਯਾਰ ਕੱਲਾ 9 ਦਾ ਆਪਾਂ ক্লোਜ਼ ਲਾਵਾਂਗੇ ਯਾਰ ਮੇਰੇ ਦੋਸਤਾਂ ਨੂੰ ਮਿਹਨਤ ਅੱਛੀ ਲੱਗੇ ਨਾ ਸਪੋਰਟ ਕਰਿਆ ਕਰੋ ਯਾਰ ਕਿਸੇ ਦੀ ਮਿਹਨਤ ਦੀ ਹੱਕ ਸਦਾ ਰੱਖਣਾ ਨਹੀਂ ਚਾਹੀਦਾ ਇਹ ਮੇਰੇ ਦੋਸਤਾਂ ਨੂੰ ਰਿਕੁਐਸਟ ਹੈ ਕਿਸੇ ਦਾ ਵੀ ਯਾਰ ਕੋਈ ਅੱਛੀ ਮਿਹਨਤ ਤੁਹਾਡੇ ਸਾਹਮਣੇ ਰੱਖਦਾ ਹੈ ਨਾ ਉਹਦਾ ਹੱਕ ਪੂਰਾ ادا ਕਰੋ ਲਾਈਕ ਤਾਂ ਉਹਨੂੰ ਲਾਜ਼ਮੀ ਹੋਰ ਥੋੜੀ ਸਮਝ ਨਹੀਂ ਆਂਦਾ ਤਾਂ ਤੁਸੀਂ ਨਾ ਕਰੋ ਫਾਲੋ ਨਾ ਕਰੋ ਸਬਸਕ੍ਰਾਈਬ ਨਾ ਕਰੋ ਲੇਕਿਨ ਗੱਲ ਇਹ ਹੈ ਕਿ ਜੋ ਕਿਸੇ ਦਾ ਹੱਕ ਬਣ ਰਹਾ ਉਹਨੂੰ ਜ਼ਰੂਰ ਦਿਓ ਅਗਰ ਕਿਸੇ ਦਾ ਆਕੜਾ ਨਹੀਂ ਖਾਭੋਗੇ ਇਨਸ਼ਾਅੱਲਾ ਫਾਇਦਾ ਹੀ ਪਾਵੋਗੇ ਇਹ ਕੱਲਾ ਆਕੜਾ ਬੰਦਾ ਯਾਰ ਫਰਕ ਚਾਰ ਲਾਣੇ ਆ 9 ਦਾ ক্লোਜ਼ ਲਾਣੇ ਆ ਆਕੜਾ ਕੀ ਬਣੇਗਾ ਬਾਈ ਕੱਲਾ 98 ਦਾ ਕੱਲਾ 98 ਦਾ ਇਹਦਾ ਮੈਂ ਹੋਰ ਪ੍ਰੂਫ ਵੀ ਦੇਵਾਂਗਾ ਆਪਣੇ ਦੋਸਤਾਂ ਨੂੰ ਸੈਟ ਤੇ ਰੂਟੀਨ ਦੇ ਮੁਤਾਬਕ ਕਹਿੰਦਾ ਯਾਰ ਪੈਕੜ ਪਹਿਲੇ ਹੈਗੇ ਯਾਰ ਪੈਕੜ لازਮੀ ਖੇਡਾ ਬਲਕਿ ਪੈਕੜ ਯਾਰ ਖੇਡਣ ਦੀ ਬੰਦੀ ਹੀ ਨਹੀਂ ਦੀ ਕਿਉਂਕਿ ਮੈਂ ਆਪਣੇ ਦੋਸਤਾਂ ਨੂੰ ਸੈਟੀ ਪੂਰਾ ਕੰਪਲੀਟ ਕਰਤੇ ਵਿਖਾਵਾਂਗਾ ਇਨਸ਼ਾਅੱਲਾ ਕੋਸ਼ਿਸ਼ ਇਹ ਕਿ ਪੈਕੜ ਖੇਡਣ ਦੀ ਜ਼ਰੂਰਤ ਹੀ ਨਹੀਂ ਪੈਗੀ ਪੂਰੀ ਪੀਸੀ ਆਪਣੇ ਦੋਸਤਾਂ ਨਾਲ ਸ਼ੇਅਰ ਕਰਾਂਗਾ ਪੂਰੀ ਪੀਸੀ ਇਨਸ਼ਾਅੱਲਾ ਮੇਰੇ ਦੋਸਤਾਂ ਨੂੰ ਪਸੰਦਾ ਆਸੀ ਮਿਹਨਤ ਪਾਈ ਦੀ ਕਿਉਂਕਿ ਮੈਨੂੰ ਯਾਰ ਲਿਖਣ ਥੋੜਾ ਔਖਾ ਲੱਗਦਾ ਕਿਉਂਕਿ ਮੈਂ ਕੈਮਰੇ ਦੇ ਵਿੱਚੋਂ ਵੇਖ ਤੇ ਲਿਖ ਰਿਹਾ ਸਾਹਮਣੇ ਜੇ ਅਗਰ ਮੈਂ ਸਾਹਮਣੇ ਕਰਨਾ ਤੇ ਮੋਬਾਈਲ ਹੀ ਕਰਨਾ ਪੈਗਾ ਸੈਟ ਵੀ ਮੈਂ ਇਸੇ ਤਰੀਕੇ ਨਾਲ ਅਗਰ ਆਪਾਂ ਜਮਾ ਪੰਜ ਲਾਣੇ ਆ ਫਰਕ ਚਾਰ ਲਾਣੇ ਆ ਤੇ ਆਕੜੇ ਦੋ ਬੰਦੇ ਨੇ ਜਦੋਂ ਕਲੋਜ਼ ਨਾਲ ਨੌ ਦਾ ਕੱਲਾ ਲਾਵਾਂਗੇ ਕਿਹੜਾ ਆਕੜਾ ਬਚਿਆ ਸਿੰਗਲ ਹੀ ਆਕੜਾ ਬਚਿਆ ਯਾਰ ਸਿੰਗਲ ਹੀ ਆਕੜਾ ਆਪਣੇ ਦੋਸਤਾਂ ਦੇ ਸਾਹਮਣੇ ਰੱਖਿਆ ਯਾਰ ਕੱਲਾ 59 ਦਾ ਆਕੜਾ ਇਨਸ਼ਾ ਅੱਲਾਹ ਨੇ ਚਾਇਆ ਸੈਕੰਡ ਫਰਸਟ ਮੇਰੇ ਦੋਸਤਾਂ ਨੂੰ ਨਜ਼ਰ ਆਵੇਗਾ ਅਗਰ ਕਰਾਚੀ ਸ਼ਹਿਰ ਦੇ ਵਿੱਚ ਰਿਜ਼ਲਟ ਇੱਕ ਆਵੇਗਾ ਤਾਂ ਇਹ ਸ਼ਰਤ ਪਹਿਲੀ ਜੇ ਕਿ ਕਰਾਚੀ ਸ਼ਹਿਰ ਦੇ ਵਿੱਚ ਰਿਜ਼ਲਟ ਇੱਕ ਆਵੇਗਾ ਨਾ ਇਹ 59 ਦਾ ਆਕੜਾ ਇਨਸ਼ਾ ਅੱਲਾਹ ਮੇਰੇ ਦੋਸਤਾਂ ਨੂੰ ਨਜ਼ਰ ਆਵੇਗਾ ਔਰ ਇਹਨੇ ਹੈਟਰ ਕਰਨੀ ਜੇ ਪਹਿਲੇ ਵੀ ਫਰਸਟ ਲੱਗਿਆ ਫਿਰ ਸੈਂਗੜ ਲੱਗਿਆ ਅੱਜ ਫੇਰ ਇਹਨੇ ਲਗਣਾ ਜੇ ਇਨਸ਼ਾਅੱਲਾ ਮੇਰੇ ਅੱਲਾਹ ਨੇ ਚਾਇਆ ਤੇ ਮੈਂ ਆਪਣੀ ਪੂਰੀ ਕੋਸ਼ਿਸ਼ ਪੂਰੀ ਸਰਚ ਆਪਣੇ ਵੀਰਿਆਂ ਦੇ ਸਾਹਮਣੇ ਰੱਖਾਂਗਾ ਇਨਸ਼ਾਅੱਲਾ ਔਰ ਰੱਖ ਰਿਆਂ ਗਾਇਬ ਦਿਲ ਮਤਬ ਅੱਲਾਹ ਦੀ ਸਾਥ ਕੋਲ ਹੈ ਨਾ ਇਨਸਾਨ ਤਾਂ ਸਿਰਫ ਕੋਸ਼ਿਸ਼ ਹੀ ਕਰ ਸਕਦਾ ਯਾਰ ਤੋ ਕੋਸ਼ਿਸ਼ ਸਰਚ ਕਰਕੇ ਆਪਣੇ ਦੋਸਤਾਂ ਦੇ ਸਾਹਮਣੇ ਰੱਖ ਲਈ ਦੀ ਜੀ ਮਮਦ ਅਲੀ ਭਾਈ ਮਮਦ ਅਲੀ ਭਾਈ ਫਾਲੋ ਕਰ ਲੋ ਪੇਜ ਨੂੰ ਗੁੱਡ ਵੀ ਲਿਖ ਦਿੱਤਾ ਜੇ ਤੂੰ 9829 ਦੀ ਪੀਸੀ ਵੀ ਲਾ ਦਿੱਤੀ ਜੇ ਕੱਲੀ ਪੀਸੀ ਬਖਾਣੀ ਮੈਂ 9829 ਨਹੀਂ ਹੈਗੀ ਯਾਰ ਇਹ ਫਰਸਟ ਵਿੱਚ ਕਿਸੇ ਦੇ ਨਾਲ ਲਿੰਕ ਨਾ ਨਾ ਟੈਲੀ ਕਰਨਾ ਇਹਨੂੰ ਸੈਗੈਂਟ ਪਲੇ ਕਰਾ ਲੋ ਅਗਰ ਲਿੰਕ ਨਹੀਂ ਕਿਸੇ ਕੋਲ ਐ 9 ਦਾ 5 ਦਾ ਵੀ ਆਦੇ ਲਿੰਕਾਂ ਨਾਲ ਗੇਮ ਬਣਾਨੀ ਹੈ ਅਗਰ ਕਿੰਦੇ ਕੋਲੇ ਨਹੀਂ ਉਹ ਸੈਗੈਂਟ ਪਲੇ ਕਰੇ ਔਰ ਗੇਮ ਸਾਬ ਨਾਲ ਖੇਡਾ ਜੇ ਜ਼ਿਆਦਾ ਗੇਮ ਨਾ ਖੇਡਾ ਜੇ ਭਾਈ ਮੇਰੇ ਅੱਜ ਤਾਂ ਸੈਟ ਲੱਗਾ ਯਾਰ ਐ 9 ਨੇ ক্লোਜ਼ ਲੱਗਣਾ ਸੀ ਫਰਕ 4 ਲੱਗਣਾ ਸੀ ਜਮਾ 5 ਲੱਗਣੀ ਸੀ ਉੱਤੇ ਫਰਕ 3 ਦਾ ਹੋਣਾ ਜ਼ਰੂਰੀ ਸੀ 9 ਦਾ ਅਕੜਾ ਪਹਿਲੀ ਦਫਾ ਫਿਰ ਐ 2 ਲੱਗਿਆ 6 ਨੇ ক্লোਜ਼ ਲੱਗਣਾ ਸੀ ਫਰਕ 2 ਲੱਗਣਾ ਸੀ ਛੱਸੀ ਦਾ ਅਕੜਾ ਜਮਾ 5 ਲਗਣੀ ਸੁੱਤੇ ਫਰਕ ਤਿੰਨ ਹੋਣਾ ਜ਼ਰੂਰੀ ਸੀ ਥੱਲੇ ਜਮਾ 5 ਲਗਣੀ ਸਿਆ ਲੱਗ ਗਿਆ ਅੱਜ ਯਾਰ ਇਹ ਫਰਕ ਇਹ 9 ਦਾ ক্লোਜ਼ ਲੱਗਣਾ ਹੈ ਫਰਕ 4 ਲੱਗਣਾ ਹੈ ਜਮਾ 5 ਲਗਣੀ ਉੱਤੇ 3 ਦਾ ਹੋਣਾ ਵੀ ਜ਼ਰੂਰੀ ਹੈ ਅਕੜਾ ਤੇ ਇੱਕ ਹੀ ਬਣਿਆ ਨਾ ਆਪਣੇ ਕੋਲੇ ਤੇ ਮੇਰੀ ਕੋਸ਼ਿਸ਼ ਕੀ ਹੁੰਦੀ ਹੈ ਮੈਂ ਆਪਣੇ ਦੋਸਤਾਂ ਆਪਣੇ ਵੀਰਿਆਂ ਦੇ ਸਾਹਮਣੇ ਇੱਕ ਦੋਸਤ ਨੇ ਲਿਖਿਆ 9872 ਦੀ ਪੀਸੀ ਸੌਰੀ ਭਾਈ ਜਾਨ 987 ਨਹੀਂ ਲੱਗੇਗੀ ਇਨਸ਼ਾਅੱਲਾ ਜੋ ਦੋਸਤਾਂ ਦੇ ਸਾਹਮਣੇ ਰੱਖਣਾ ਜੋ ਪਿਛਾ ਤਾਰ ਰਿਹਾ ਹੈ ਇਹ ਕੰਮ ਓੰਜੀ ਹੋਣਾ ਚਾਹੀਦਾ ਤਾਂ ਹੀ ਗੱਲ ਫਿੱਟ ਹੋਵੇਗੀ ਇਹ ਮੈਂ ਆਪਣੇ ਦੋਸਤਾਂ ਨਾਲ ਵੀਡੀਓ ਸ਼ੇ ਕਿ ਇਹ 805 ਇਹ ਪਹਿਲੀ ਦਫਾ ਲੱਗਿਆ ਇਹਦੇ ਕਰਾਸ ਚ ਆਪਣਾ ਡਰਾ ਕਰਨਾ ਸੀ ਇਹ 98 ਦਾ ਅਕੜਾ ਲੱਗਿਆ ਠੀਕ ਹੈ ਦੁਬਾਰਾ ਆ ਕੇ 805 ਇਹ ਲੱਗਿਆ ਇਹਦੇ ਕਰਾਸ ਚ ਡਰਾ ਕਰਨਾ ਸੀ ਇਹ ਲੱਗਿਆ ਸੋਰੀ ਇਹ ਲੱਗਿਆ 95 ਇੱਥੇ ਵਾਰੀ ਕਿੰਦੀ ਸੀ ਯਾਰ ਜਦੋਂ ਇਹ 805 ਲੱਗਿਆ ਇਤ ਵਾਰੀ ਕਿੰਦੀ ਸੀ ਇਹ ਮੈਂ ਵੀਡੀਓ ਲਾਈ ਸੀ ਆਪਣੇ ਦੋਸਤਾਂ ਨਾਲ ਸ਼ੇਅਰ ਕੀਤੀ ਸੀ ਮੇਰੇ ਕਾਫੀ ਦੋਸਤਾਂ ਨੇ 89 ਉਠਾਇਆ ਸੀ 98 ਦਾ ਅਕੜਾ ਬੜਾ ਪੈਰਾ ਸੈੱਟ ਸੀ ਹਾਲਾਂਕਿ ਤੀਸਰਾ ਅਕੜਾ ਸੈੱਟ ਸੀ ਦੋਸਤਾਂ ਨੂੰ ਇਹ ਇਨਾ ਮੋਤਮਨ ਹੋਏ ਨੇ ਕਿ ਯਾਰ ਇਹ ਸੈੱਟ ਲੱਗਣਾ ਚਾਹੀਦਾ ਪਹਿਲੇ 98 ਦਾ ਅਕੜਾ ਇਹਨੇ 98 ਦਾ ਲਾਇਆ ਫਿਰ ਇਹਨੇ 95 ਦਾ ਲਾਇਆ ਫਰਕ ਚਾਰ ਹੀ ਲਾਇਆ ਅੱਜ ਇੱਥੇ 98 ਦੀ ਵਾਰੀ ਸੀ ਯਾਰ ਜਾਂ 95 ਲੱਗਦਾ ਜਾਂ 98 ਲੱਗਦਾ ਔਰ ਮੈਂ ਦੋ ਰੁਟੀਨਾ ਚੁਣਾਰ ਦਾ ਅਕੜਾ ਦਿੱਤਾ ਸੀ ਆਪਣੇ ਦੋਸਤਾਂ ਨੂੰ ਦੋ ਰੁਟੀਨਾ ਚ 98 ਦਾ ਅਕੜਾ ਇੱਥੇ ਦਿੱਤਾ ਸੀ 98 ਤੇ 95 ਮੇਰੇ ਦੋਸਤਾਂ ਨੂੰ ਯਾਦ ਹੋਣਾ 98 87 ਦੀ ਪੀਸੀ ਦਿੱਤੀ ਸੀ ਤੇ ਕਾਫੀ ਦੋਸਤਾਂ ਦੀ ਪੈਕਟ ਵੀ ਲੱਗੀ ਸੀ ਯਾਰ ਗਾਇਬ ਦਿਲਾਮ ਅੱਲਾਹ ਦੀ ਜ਼ਾਤ ਕੋਲੇ ਸਾਡਾ ਕੰਮ ਹੈ ਮਿਹਨਤ ਕਰਕੇ ਸਰਚ ਕਰਕੇ ਆਪਣੇ ਵੀਰਿਆਂ ਦੇ ਸਾਹਮਣੇ ਰੱਖਣੀ ਔਰ ਉਹ ਇਨਸ਼ਾਅੱਲਾ ਜਿੰਨੀ ਹੋ ਸਕੀ ਕਰਾਂਗਾ ਜਿੰਨੀ ਹੋ ਸਕੀ ਕਰਾਂਗਾ ਲੇਕਿਨ ਗਾਇਬ ਦਿਲਾਮ ਮੇਰੇ ਕੋਲੇ ਨਹੀਂ ਹੈਗਾ ਯਾਰ ਗਾਇਬ ਦਿਲਾਮ ਸਿਰਫ ਅੱਲਾਹ ਦੀ ਜ਼ਾਤ ਕੋਲੇ ਅੱਲਾਹ ਦੀ ਜ਼ਾਤ ਹੀ ਇਹ ਗੱਲ ਜਾਣਦੀ ਹੈ ਕੀ ਹੋਣੇ ਅਸੀਂ ਤਾਂ ਆਪਣੇ ਭਾਈਆਂ ਦੇ ਨਾਲ ਨਾ ਇੱਕ ਸਰਚ ਇੱਕ ਅੱਛੀ ਮਿਹਨਤ ਆਪਣੇ ਭਾਈਆਂ ਦੇ ਸਾਹਮਣੇ ਰੱਖ ਰਹੇ ਹਾਂ ਇਨਸ਼ਾਅੱਲਾ ਮੇਰੇ ਦੋਸਤਾਂ ਨੂੰ ਖੁਸ਼ੰਦ ਆਸੀ ਐ ਭਾਈ ਮੇਰੇ ਜਦੋਂ ਪਹਿਲੀ ਦਫਾ ਲੱਗਿਆ ਨਾ ਇਹ ਕਲੋਜ਼ ਨੇ ਇੱਥੇ ਲੱਗਣਾ ਸੀ ਤੇ ਜਮਾ 5 ਲੱਗਣੀ ਸੀ ਤੇ ਚੌਥਾ ਫਿੰਗਰ ਕੱਲਾ ਹੀ 5 ਲੱਗਣਾ ਸੀ ਯਾਰ ਚੌਥਾ ਫਿੰਗਰ ਕੱਲਾ ਹੀ 5 ਦਾ ਲੱਗਣਾ ਸੀ ਐ ਜਮਾ 5 ਸੀ ਨਾ ਤੇ ਚੌਥਾ ਫਿੰਗਰ ਕੱਲਾ ਹੀ 5 ਲੱਗਣਾ ਸੀ ਐ 55 ਦੀ ਬੈਕ ਲੱਗੀ ਪਹਿਲੀ ਦਫਾ ਤਵੱਜੂ ਕਰਨੀ ਮੇਰੇ ਦੋਸਤਾਂ ਨੇ ਦੁਬਾਰਾ ਜਦੋਂ ਇਹ ਲੱਗਿਆ ਨਾ ਇਹ 6 ਨੇ ਕਲੋਜ਼ ਲੱਗਣਾ ਸੀ ਤੇ ਇਹ 5 ਜਮਾ ਸੀ ਤੇ ਚੌਥਾ ਫਿੰਗਰ ਕੱਲਾ ਹੀ 5 ਲੱਗਣਾ ਸੀ ਯਾਰ ਇਹ ਲੱਗਿਆ ਅੱਜ ਕਹਿੰਦਾ ਐ ਕਿ ਇੱਥੇ ਜਮਾ 5 ਲਾਣੀ ਜੇ ਨਾ ਤੇ ਫਰਕ 4 ਲਾਣਾ ਜੇ ਨਾ ਤੇ ਚੌਥਾ ਫਿੰਗਰ ਕੱਲਾ 5 ਦਾ ਪਲੇ ਕਰੋ ਕੱਲਾ 5 ਦਾ ਇਹ 05 ਦਾ ਇਹ ਜਮਾ 5 ਨਾਲ ਤੇ 05 ਦਾ ਸੈਂਟਰ ਵੀ ਨਾਲ ਲੱਗਣਾ ਹੈ ਇਹ ਲੱਗਾ 05 ਦਾ ਸੈਂਟਰ 55 ਦੀ ਬੈਕ ਫਿਰ ਆ ਕੇ ਲੱਗੀ ਹੈ ਭਾਈ ਮੇਰੇ 05 ਦੀ ਬੈਕ ਅੱਜ ਮੇਰਾ ਪਤਾ ਨਹੀਂ ਕੀ ਦਿਲ ਕਹਿ ਰਿਹਾ ਮੇਰੇ ਦੋਸਤਾਂ ਨੂੰ ਅੱਛਾ ਲੱਗੇ ਨਾ ਤੋ ਉਸ ਤਰੀਕੇ ਨਾਲ ਕਰ ਜਾਏ ਜੇ ਹੋ ਸਕਦਾ ਹੈ ਯਾਰ ਮੇਰੇ ਦੋਸਤਾਂ ਦਾ ਫਾਇਦਾ ਹੋ ਜਾਵੇ ਇਹ ਜਿਹੜੀ ਪੂਰੀ ਪੀਸੀ ਲੱਗੀ ਹੈ ਨਾ ਯਾਰ ਇਹ 98 55 ਅੱਜ ਮੈਂ ਕਹਿਣਾ ਯਾਰ 98 55 ਦੀ ਕੱਲੀ ਪੀਸੀ ਲੱਗ ਜਾਣੀ ਚਾਹੀਦੀ ਏ ਕਿਉਂਕਿ ਇਹ ਸੈੱਟ ਜਦੋਂ ਆਇਆ ਹੈ ਨਾ ਇਹ ਜਮਾ 5 ਸੀ ਇਹਦਾ ਘਰ ਸੈਂਟਰ ਲੱਗਿਆ ਇਹ 05 ਦੀ ਬੈਕ ਲੇਕਿਨ ਆਪਾਂ ਨੂੰ ਦੋਨੋਂ ਥੋੜੀਆਂ-ਥੋੜੀਆਂ ਖੇਡਣੇ ਚਾਹੀਦੀਆਂ ਨੇ ਲੇਕਿਨ 59 55 ਦੀ ਜਿਹੜੀ ਪੀਸੀ ਹੈ ਨਾ ਇਹ ਮੇਰੇ ਦੋਸਤਾਂ ਨੇ ਇਹਨੂੰ ਥੋੜਾ ਧਿਆਨ ਕਰਨਾ ਕਿਉਂਕਿ ਇਹ ਬੈਕ ਚੌਥਾ ਫਿੰਗਰ ਕੱਲਾ ਹੀ ਪੰਜ ਦਾ ਸੈਂਟਰ 05 ਦਾ ਇਹ 55 ਤੇ 05 ਦੀ ਬੈਕ ਸੀ ਇਹ ਲੱਗ ਗਈ ਫਿਰ ਆ ਕੇ ਇਹ 05 ਦੀ ਬੈਕ ਲੱਗੀ ਹੈ ਸੈਂਟਰ 05 ਦਾ ਚੌਥਾ ਫਿੰਗਰ ਕੱਲਾ ਹੀ ਪੰਜ ਦਾ ਅੱਜ ਯਾਰ ਆਪਾਂ ਚੌਥਾ ਫਿੰਗਰ ਕੱਲਾ ਪੰਜ ਦਾ ਲਾਣੇ ਨੇ ਨਾ ਤੇ ਸੈਂਟਰ 05 ਦਾ ਤੇ ਬੈਕਾਂ ਦੋ ਹੀ ਬਣਦੀਆਂ ਜੇ ਬੈਕਾਂ ਸਿਰਫ ਦੋ ਹੀ ਬਣਦੀਆਂ ਜੇ ਇੱਕ 55 ਦੀ ਬੈਕ ਬਣਦੀ ਹੈ ਐ ਓਪਨ ਕੱਟ ਕੇ ਮੈਂ ਨਿਸ਼ਾਨਦੇਹੀ ਦਿੱਤੀ ਹੋਈ ਸੀ ਆਪਣੇ ਦੋਸਤਾਂ ਦੱਸਿਆ ਸੀ ਤੇ ਇੱਕ ਬੰਦਾ ਜੇ ਓਪਨ ਕੱਟ ਕੇ 05 ਦਾ ਬੈਕ ਆਕੜਾ ਐ ਸੁਨਾਹ ਤੇ ਆਕੜੇ ਨਾਲ ਲੇਕਿਨ ਮੇਰੀ ਫੇਵਰਟ ਮੇਰੀ ਜਿਹੜੀ ਕੈਲਕੂਲੇਸ਼ਨ ਦੇ ਮੁਤਾਬਕ ਨਾ ਐ ਸਿੰਗਲ ਪੈਕੇਟ ਲਗਣੀ ਚਾਹੀਦੀ ਜੋ ਦੋਸ YouTube ਤੇ ਜਾਣਾ ਚਾਹੁੰਦਾ ਨਾ ਯਾਰ ਉਥੇ ਮੈਂ ਲਿੰਕ ਲਾਇਆ ਫਸਟ ਆਕੜੇ ਦਾ ਪੰਜਵੇਂ ਹੱਥ ਤੇ ਲਿੰਕ ਪਿਆ ਬੜਾ ਪਿਆਰਾ ਸੈਟ ਇੱਕ ਮੈਂ థਾਈਲੈਂਡ ਲੋਟਰੀ ਦੀ ਵੀਡੀਓ ਲਾਈਏ ਪੈਕੇਟ ਦੀ ਰੂਟੀਨ ਇੱਕ ਪিসি ਬੰਦੀ ਯਾਰ ਆਏ ਅੱਜ ਨਾ ਆਵੇ ਜਾਂ ਕੁਛ ਮਿਸਟਿਕ ਹੋ ਜਾਵੇ ਤੇ ਯਾਰ ਸ਼ਬੀਰ ਕੁਝ ਨਹੀਂ ਕਰ ਸਕਦਾ ਸ਼ਬੀਰ ਸਿਰਫ ਮਿਹਨਤ ਕਰਕੇ ਸਰਚ ਕਰਕੇ ਆਪਣੇ ਭਾਈਆਂ ਦੇ ਸਾਹਮਣੇ ਰੱਖੀ ਯਾਰ ਅੱਛੀ ਲੱਗੇ ਤੈਨੂੰ ਪਲੇ ਕਰਨਾ ਹੈ ਅੱਛੀ ਨਾ ਲੱਗੇ ਤੈਨੂੰ ਛੋੜ ਦੇਣਾ ਹੈ ਤੁਸੀਂ ਤੇ ਜੋ ਦੋਸਤ ਲਾਈਕ ਲਾਜ਼ਮੀ ਕਰਿਆ ਕਰੋ ਯਾਰ ਦੋਸਤ ਭਾਈ ਕੋ ਲਾਈਕ ਨਾਲ ਵੀ ਵੀਡੀਓ ਤੁਹਾਡੇ ਤੱਕ ਪਹੁੰਚ ਸਕਦੀ ਹੈ ਜੇਕਰ ਕਿਨੂੰ ਫਾਲੋ ਕਰਨਾ ਨਹੀਂ ਆਂਦਾ ਬਲਕਿ ਪਹਿਲੀ ਗੱਲ ਤੇ ਇੱਕ ਯਾਰ ਕਿਸੇ ਦੋਸਤ ਕੋ ਲਵਾਂ ਜਾਂ ਕਿਸੇ ਪੜੇ ਲਿਖੇ ਬੰਦੇ ਕੋ ਫਾਲੋ ਕਰਵਾ ਲਵੋ ਜਿਨੂੰ ਕਰਨਾ ਨਹੀਂ ਆਂਦਾ ਜਿਹੜਾ ਜਾਣ ਤ ਨਹੀਂ ਕਰਦਾ ਹੁੰਦਾ ਤਰੋਲਾ ਹੀ ਕੋ ਨਹੀਂ ਨਾ ਉਹਨੇ ਤਾਂ ਕਰਨਾ ਹੀ ਨਹੀਂ ਫਾਲੋ ਜਿਹੜਾ ਕਰ ਹੀ ਨਹੀਂ ਰਿਹਾ ਜਿਨੂੰ ਬਾਰ ਬਾਰ ਕਹੀ ਗਈ ਤੁਹਾਨੂੰ ਨਹੀਂ ਕਰਨਾ ਲੇਕਿਨ ਅਸੀਂ ਉਹਨਾਂ ਦੋਸਤਾਂ ਨੂੰ ਕਹਿ ਰਹੇ ਹਾਂ ਕਿ ਜਿਨ੍ਹਾਂ ਨੂੰ ਯਾਰ ਸਾਡੇ ਨਾਲ ਪਿਆਰ ਮੁਹੱਬਤ ਹੈ ਨਾ ਅਸੀਂ ਉਹਨਾਂ ਦੋਸਤਾਂ ਨੂੰ ਭਾਈਆਂ ਨੂੰ ਕਹਿ ਰਹੇ ਹਾਂ ਕਿ ਯਾਰ ਫਾਲੋ ਕਰ ਲਿਆ ਜੇ ਫਿਜ਼ਾਨ ਅਲੀ ਭਾਈ ਫਿਜ਼ਾਨ ਅਲੀ ਭਾਈ ਕੇ ਕੇ ਲਿਖਿਆ ਜੇ ਤੇ ਇਹਦਾ ਮਤਲਬ ਤਾਂ ਮੈਂ ਨਹੀਂ ਸਮਝਦਾ ਕਿਉਂਕਿ ਮੈਂ ਇੰਨਾ ਜ਼ਿਆਦਾ ਪੜਿਆ ਨਹੀਂ ਹੋਇਆ ਤੇ ਪੇਜ ਫਾਲੋ ਕਰ ਲਓ ਮਿਹਰਬਾਨੀ ਮੇਰੇ ਦੋਸਤ ਮੇਰੇ ਭਾਈ ਦੀ ਯਾਰਾ ਭਾਈ ਦੀ ਮਿਹਨਤ ਤੁਹਾਨੂੰ ਅੱਛੀ ਲੱਗੇ ਨਾ ਤਾਂ ਸਪੋਰਟ ਕਰਿਆ ਜੇ ਐਸ ਪੂਰੇ ਐਂਗਲ ਆਪਣੇ ਦੋਸਤਾਂ ਨੂੰ ਖਾਇਏ ਨੇ ਪੰਜ ਦੀ ਜਮਾ ਵਿਖਾਈਏ ਕੱਲਾ ਨੌ ਦਾ ਕਲੋਜ਼ ਵਿਖਾਇਆ ਫਰਕ ਵਿਖਾਇਆ ਇਹ ਦੋ ਬੈਕ ਆਕੜੇ ਵਿਖਾਏ ਨੇ ਇਹ ਕੱਲਾ ਸਾਹਮਣੇ ਆਕੜਾ ਵਿਖਾਇਆ ਹੈ ਫਰਸਟ ਸਮਝ ਚਨਾਵੇ ਨੂੰ ਸੈਕੰਡ ਪਲੇ ਕਰ ਲੈ ਜੇ ਲਾਜ਼ਮੀ ਇਹਨੂੰ ਪਲੇ ਕਰਾ ਜੇ ਸੈਕੰਡ ਫਰਸਟ ਤੇ ਪੈਕੇਟ ਬੰਦੇ ਨੇ ਦੋ ਪੈਕੇਟ ਨੇ ਯਾਰ ਦੋ ਪੀਸੀਆਂ ਨੇ ਇਹ ਜ਼ਿਆਦੀ ਗੇਮ ਨਹੀਂ ਹੈਗੀ ਜੇ ਮੈਂ ਪੀਸੀਆਂ ਰੱਖ ਦਿੱਤੀਆਂ ਨੇ ਤਾਂ ਜ਼ਿਆਦਾ ਦੋਸਤ ਪੀਸੀਆਂ ਠੇਕ ਖੇਡਦੇ ਨੇ ਪੈਕੇਟ ਲੱਗ ਜਾਂਦੀ ਫਿਰ ਆਨ ਯਾਰ ਇਹ ਕੀ ਹੋ ਗਿਆ ਲੇਕਿਨ ਤੁਸੀਂ ਪੈਕੇਟ ਵੀ ਖੇਡਣ ਦੀ ਯਾਰ ਜ਼ਰੂਰਤ ਹੈਗੀ ਤਾਂ ਨਹੀਂ ਜੀ ਜੇ ਇਹ ਟੁੱਟੇਗਾ ਤਾਂ ਫਿਰ ਹਰਸ਼ੇ ਟੁੱਟ ਜਾਵੇਗੀ ਲੇਕਿਨ ਗੱਲ ਇਹ ਕਿ ਇਹ ਕੱਲੀ ਪੀਸੀ ਤੇ ਐ ਸਮਝ ਚਾਵੇ ਤੇ ਵੀ ਕਰਾ ਜੇ ਕਿਉਂਕਿ ਉਹਦੀ ਵਜ੍ਹਾ ਕੀ ਹੈ ਇਹ 98 ਲੱਗਿਆ ਨਾ ਯਾਰ ਇਹ ਜਦੋਂ 98 ਲੱਗਿਆ ਫਿਰ ਆ ਕੇ ਇਹ 95 ਹੋਇਆ ਹੈ ਇਹ ਸੈਟ ਤੋਂ ਅੱਜ ਯਾਰ ਇੱਥੇ 98 ਲੱਗ ਚੁਕਿਆ ਨਾ ਤੇ ਮੈਂ ਕਹਿੰਦਾ ਯਾਰ ਇਹ ਜਿਹੜੀ ਪੀ ਇਹ ਪੀਸੀ ਹੈ ਨਾ ਇਹ ਪੂਰੀ ਪੀਸੀ ਰਿਪੀਟ ਹੋ ਜਾਵੇ ਮੇਰੇ ਕੈਲਕੂਲੇਸ਼ਨ ਦੇ ਮੁਤਾਬਕ ਕੱਲੀ ਪੀਸੀ ਲੱਗਣੀ ਚਾਹੀਦੀ ਹੈ ਬਾਕੀ ਦੋਸਤਾਂ ਨੂੰ ਜਿਵੇਂ ਅੱਛਾ ਲੱਗੇ ਸੈਂਟਰ ਕੋਈ ਨਾ ਤੁਹਾਡੇ ਨਾਲ ਪਸੰਦ ਆਂਦਾ ਹੋਵੇ ਤੁਹਾਨੂੰ ਤੇ ਆਪਣੀ ਮਰਜ਼ੀ ਦਾ ਲਾ ਲਿਆ ਜੇ ਮੈਂ ਆਪਣੀ ਕੋਸ਼ਿਸ਼ ਆਪਣੀ ਸਰਚ ਪੂਰੀ ਆਪਣੇ ਦੋਸਤਾਂ ਦੇ ਸਾਹਮਣੇ ਰੱਖੀ ਇਨਸ਼ਾਅੱਲਾ ਮੇਰੇ ਦੋਸਤਾਂ ਨੂੰ ਪਸੰਦ ਆਈ ਹੋਸੀ ਤੇ ਕੋਸ਼ਿਸ਼ ਕਰਿਆ ਜੇ ਜੋ ਦੋਸਤਾਂ ਨੇ ਪੇਜ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲੈ ਜੇ ਐਸ ਚੈਨਲ ਤੇ ਲਾਜ਼ਮੀ ਮੇਰੇ ਦੋਸਤਾਂ ਨੇ ਜਾਣਾ ਹੈ YouTube ਚੈਨਲ ਹੈ ਮੇਰਾ ਮੇਰੇ ਦੋਸਤਾਂ ਨੂੰ ਪਤਾ ਹੀ ਹੈ ਯਾਰ ਐ ਚੈਨਲ ਤੇ ਲਾਜ਼ਮੀ ਮੇਰੇ ਦੋਸਤਾਂ ਨੇ ਜਾਣਾ ਹੈ ਅੱਗੇ ਪ੍ਰਾਈਜ਼ ਬਾਉਂਡ ਲਿਖਣਾ ਹੈ ਸਿਰਫ ਇਹਦੇ ਅੱਗੇ ਪ੍ਰਾਈਜ਼ ਬਾਉਂਡ ਲਿਖਣਾ ਹੈ ਤੇ ਉੱਥੇ ਮੈਂ ਪੈਕੇਟ ਲਾਈ ਹੈ THAILAND LOTTERY ਦੀ ਦੋ ਪੈਕੇਟ ਨੇ ਇੱਕ ਵੀਡੀਓ ਚ ਤੇ ਇੱਕ ਵੀਡੀਓ ਲਾਈ ਹੈ ਲਿੰਕ ਆਕਰ ਦੇ ਦੀ ਜਿਹੜਾ ਕਿ ਪ੍ਰੀਮੀਅਮ ਬਾਉਂਡ ਵਾਸਤੇ 40000 ਕਰਾ ਇਨਸ਼ਾਅੱਲਾ ਅਗਲੀ ਵੀਡੀਓ ਬੜੀ ਪਿਆਰੀ ਬਹੁਤ ਹੀ ਜ਼ਬਰਦਸਤ ਆਪਣੇ ਕੋਲ ਸਨਾਂ ਸ਼ੇਅਰ ਕਰਾਂਗਾ ਅਗਲੀ ਵੀਡੀਓ ਤੱਕ ਸਭ ਦੋਸਤ ਸਭ ਮੇਰੇ ਭਾਈ ਮੈਨੂੰ ਇਜਾਜ਼ਤ ਦਿਓ ਅੱਲਾ ਹਫਿਜ਼